ਹੈਲੋ ਐਵਰੀਵਨ, ਜੇ ਕੋਈ ਮੈਨੂੰ ਪੁੱਛੇ ਕਿ ਕੈਨੇਡਾ ਜਾਣ ਲਈ ਕਿਹੜਾ ਵੀਜ਼ਾ ਅਪਲਾਈ ਕਰਨਾ ਚਾਹੀਦਾ ਤੇ ਮੈਂ ਕਹੂੰਗਾ ਸਟੂਡੈਂਟ ਵੀਜ਼ਾ ਲੈ ਲਓ, ਵਰਕ ਵੀਜ਼ਾ ਲੈ ਲਓ ਜਾਂ ਐਕਸਪ੍ਰੈਸ ਐਂਟਰੀ PR ਲਈ ਲੈ ਲਓ। ਇਹ ਤੋਂ ਇਲਾਵਾ ਕੋਈ ਆਪਸ਼ਨ ਨਹੀਂ, ਕਿਉਂਕਿ ਇਹੀ ਸਭ ਤੋਂ ਈਜ਼ੀ ਤੇ ਸਭ ਤੋਂ ਪ੍ਰੋਫਿਟੇਬਲ ਵੀਜ਼ੇ ਨੇ ਤੁਹਾਡੇ ਲਈ, ਨਹੀਂ ਏਜੰਟਸ ਲਈ। ਪਰ ਤੁਹਾਨੂੰ ਪਤਾ ਕਿ ਕੈਨੇਡੀਅਨ ਗੌਰਮੈਂਟ ਕਿੰਨੇ ਤਰ੍ਹਾਂ ਦੇ ਟੋਟਲ ਵੀਜ਼ੇ ਦਿੰਦੀ ਨੇ? ਟੋਟਲ 22 ਤਰ੍ਹਾਂ ਦੇ ਵੀਜ਼ੇ ਕੈਨੇਡੀਅਨ ਗੌਰਮੈਂਟ ਹਰ ਸਾਲ ਵਿਜ਼ਿਟਰ ਨੂੰ, ਇਮੀਗ੍ਰੈਂਟ ਨੂੰ ਦਿੰਦੀ ਹੈ। ਤੇ ਉਹਨਾਂ 22 ਵੀਜ਼ਿਆਂ ਚੋਂ 12 ਵੀਜ਼ੇ ਤੇ ਟੈਂਪਰੇਰੀ ਨੇ ਤੇ 10 ਵੀਜ਼ੇ ਪਰਮਾਨੈਂਟ ਰੈਜ਼ੀਡੈਂਟ ਦਿੰਦੇ ਨੇ ਕੈਨੇਡਾ ਚ। ਕੈਨ ਯੂ ਇਮੇਜਿਨ ਦੈਟ? ਪਰ ਸਾਨੂੰ ਕਿਹੜੇ ਵੀਜ਼ੇ ਦਿਖਾਏ ਜਾਂਦੇ ਨੇ? ਹਾਰਡਲੀ 2-3 ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਤੇ PR। ਇਸ ਤੋਂ ਇਲਾਵਾ ਕੋਈ ਵੀ ਏਜੰਟ ਕੋਈ ਵੀ ਵੀਜ਼ਾ ਨਹੀਂ ਪ੍ਰਮੋਟ ਕਰਦਾ ਪਿਆ, ਬਿਕੋਜ਼ ਬਾਕੀ ਵੀਜ਼ਿਆਂ ਲਈ ਤੇ ਫੀਸ ਵਗੈਰਾ ਕੁਝ ਵੀ ਨਹੀਂ ਲੱਗਦਾ ਨਾ, ਸਿਰਫ ਡਾਕੂਮੈਂਟ ਲੱਗਦੇ ਨੇ। ਉਹਨਾਂ ਏਜੰਟਸ ਦਾ ਮੁਨਾਫਾ ਕਿੱਦਾਂ ਹੋਊਗਾ? ਸੋ ਜੇਕਰ ਤੁਸੀਂ ਇਹਨਾਂ 22 ਦੇ 22 ਵੀਜ਼ਿਆਂ ਬਾਰੇ ਜਾਣਨਾ ਚਾਹੁੰਦੇ ਤੇ ਇਹ ਵੀਡੀਓ ਨੂੰ ਪੂਰਾ ਦੇਖੋ, ਕਿਉਂਕਿ ਮੇ ਬੀ ਇੱਕ ਵੀਜ਼ਾ ਤੁਹਾਡੇ ਲਈ ਹੀ ਡੀਗਾ ਹੋਵੇ, ਉਹ ਤੁਹਾਡੇ ਲਈ ਪਰਫੈਕਟ ਹੋਵੇ, ਕੋਈ ਖਰਚਾ ਨਹੀਂ, ਕੋਈ ਕੁਛ ਨਹੀਂ। ਬਟ ਜੇਕਰ ਸਾਨੂੰ ਅਵੇਅਰਨੈਸ ਹੀ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਹੈ ਤੇ ਆਪਾਂ ਵੀਜ਼ਾ ਕਿੱਦਾਂ ਲਗਾ ਸਕਦੇ ਹਾਂ। ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਛੋਟੀ ਜਿਹੀ ਇੰਟਰੋਡਕਸ਼ਨ। ਆਈ ਐਮ ਤਰਨਪ੍ਰੀਤ ਸਿੰਘ, ਏ ਰਾਈਟਰ, ਏ ਯੂਟਿਊਬਰ ਐਂਡ ਮੋਟੀਵੇਸ਼ਨਲ ਸਪੀਕਰ ਐਂਡ ਐਕਸ ਗੌਰਮੈਂਟ ਇੰਪਲੋਈ। ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹ ਤੁਹਾਡੇ ਲਈ ਲਾਈਫ ਚੇਂਜਿੰਗ ਹੋ ਸਕਦਾ। ਮੈਂ ਤਾਂ ਇਹੀ ਕਹੂੰਗਾ ਕਿ ਬਹੁਤ ਸਾਰੀ ਇਨਫੋਰਮੇਸ਼ਨ ਇੱਦਾਂ ਮਿਲੇਗੀ ਕਿ ਜਿਹੜਾ ਜੇਕਰ ਤੁਹਾਡਾ ਕੈਨੇਡਾ ਜਾਣ ਦਾ ਸੁਪਨਾ ਜਾਂ ਹੋਰ ਵੀ ਕਿਤੇ ਤੁਸੀਂ ਜਾ ਕੇ ਸੈਟਲ ਡਾਊਨ ਹੋਣਾ ਚਾਹੁੰਦੇ ਜੇ ਤੇ ਉਹਦੇ ਲਈ ਬੈਸਟ ਵੇ ਕਿੱਦਾਂ, ਈਜ਼ੀ ਕਿੱਦਾਂ, ਸਮਾਰਟ ਅਪਰੋਚ ਕਰ ਸਕਦੇ ਕਿੱਦਾਂ, ਕਿਹੜੇ ਟੈਕਟਿਕ, ਹਰ ਇੱਕ ਸਟੈਪ ਤੇ ਮੈਂ ਹੈਲਪ ਕਰੂੰਗਾ। ਸੋ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ। ਸੋ ਇਹ 22 ਦੇ 22 ਵੀਜ਼ਿਆਂ ਬਾਰੇ ਸਮਝਾਉਣ ਲਈ ਮੈਂ ਆਪਣੇ ਕੰਪਿਊਟਰ ਸਕਰੀਨ ਤੇ ਤੁਹਾਨੂੰ ਲੈ ਚੱਲਦਾ, ਜਿਸ ਤੇ ਇੱਕ ਇੱਕ ਵੀਜ਼ੇ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ। ਮੈਂ ਕਹਿੰਦਾ ਜੀ ਪੂਰਾ ਖੰਗਾਲ ਲਾਂਗੇ ਕਿ ਕੋਈ ਬਚ ਕੇ ਨਾ ਜਾ ਸਕੇ। ਸੋ ਲੈਟਸ ਸਟਾਰਟ। ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਕੈਨੇਡਾ 'ਚ ਕਿੰਨੇ ਤਰ੍ਹਾਂ ਦੇ ਵੀਜ਼ੇ ਮਿਲਦੇ ਨੇ। ਵਿਜ਼ਿਟਰ ਵੀਜ਼ਾ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਪਰਮਾਨੈਂਟ ਰੈਜ਼ੀਡੈਂਟ ਵੀਜ਼ਾ, ਬਿਜ਼ਨਸ ਇਮੀਗ੍ਰੈਂਟ ਐਂਡ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵੀਜ਼ਾ। ਟੋਟਲ 6 ਤਰ੍ਹਾਂ ਦੇ ਵੀਜ਼ੇ ਤੇ ਕੈਟਾਗਰੀ ਵਾਈਜ਼ ਇਹਨਾਂ ਨੂੰ 3 ਤਰੀਕੇ ਨਾਲ ਵੰਡਿਆ ਗਿਆ, ਜਿਹਦੇ ਵਿੱਚ ਟੈਂਪਰੇਰੀ, ਪਰਮਾਨੈਂਟ ਐਂਡ ਐਕਸਪ੍ਰੈਸ ਐਂਟਰੀ ਵੀਜ਼ਾ। ਤੇ ਕੈਨੇਡਾ 'ਚ ਟੈਂਪਰੇਰੀ ਵੀਜ਼ੇ 11 ਤਰ੍ਹਾਂ ਦੇ ਪ੍ਰੋਵਾਈਡ ਕੀਤੇ ਜਾਂਦੇ ਨੇ ਤੇ ਜੇ ਪਰਮਾਨੈਂਟ PR ਵਾਲੇ ਵੀਜ਼ੇ ਕਾਊਂਟ ਕੀਤੇ ਜਾਣ ਤਾਂ ਉਹ 6 ਤਰ੍ਹਾਂ ਦੇ ਪ੍ਰੋਵਾਈਡ ਕੀਤੇ ਜਾਂਦੇ ਨੇ। ਤੇ ਜੇ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਕਿ ਸਾਡੀ ਸਿੱਧੀ PR ਲੱਗੇ, ਉਹ ਹੈ 4 ਤਰ੍ਹਾਂ ਦੀ ਐਂਟਰੀਜ਼। ਤੇ ਜਿਹੜੇ ਟੈਂਪਰੇਰੀ ਵੀਜ਼ਾ ਪ੍ਰੋਵਾਈਡ ਕੀਤੇ ਜਾਂਦੇ ਨੇ ਜਨਰਲੀ 6 ਮਹੀਨਿਆਂ ਲਈ ਹੁੰਦੇ ਨੇ ਤੇ ਇਹ ਕਈ ਵਾਰ ਮਲਟੀਪਲ ਐਂਟਰੀ ਹੁੰਦੇ ਕਿ ਤੁਸੀਂ ਬਾਰ ਬਾਰ ਜਾ ਸਕਦੇ, ਪਰ ਮੈਕਸੀਮਮ 6 ਮਹੀਨਿਆਂ ਲਈ। ਉਹ 'ਚ ਸਭ ਤੋਂ ਪਹਿਲਾਂ ਵੀਜ਼ਾ ਹੈ ਕੈਨੇਡਾ ਟੂਰਿਸਟ ਵੀਜ਼ਾ। ਕੈਨੇਡਾ ਟੂਰਿਸਟ ਵੀਜ਼ਾ ਅਲਾਓ ਕਰਦਾ ਹੈ ਕਿ ਪਰਪਸ ਆਫ ਟੂਰਿਜ਼ਮ ਦੇ ਵਾਂਗੂ ਕਿ ਉੱਥੇ ਜਾ ਕੇ ਘੁੰਮਣ ਫਿਰਨ ਲਈ। ਫਿਰ ਆਉਂਦਾ ਸੁਪਰ ਵੀਜ਼ਾ। ਸੁਪਰ ਵੀਜ਼ਾ ਨਾਲ ਸਾਡੇ ਜਿਹੜੇ ਉੱਥੋਂ ਦੇ ਸਿਟੀਜ਼ਨ ਨੇ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ ਉਹਨਾਂ ਦੇ ਮਾਂ ਪਿਓ ਜਾ ਕੇ ਰਹਿ ਸਕਦੇ ਨੇ ਉਹਨਾਂ ਕੋਲ, ਅਤੇ ਇਹ ਜਨਰਲੀ 6 ਮਹੀਨਿਆਂ ਤੋਂ ਵੱਧ ਸਟੇ ਲਈ ਪ੍ਰੋਵਾਈਡ ਕੀਤਾ ਜਾਂਦਾ ਹੈ। ਫਿਰ ਆ ਗਿਆ ਡਿਪਲੋਮੈਟਿਕ ਐਂਡ ਓਫੀਸ਼ੀਅਲ ਵੀਜ਼ਾ, ਜਿਹੜਾ ਕਿ ਓਫੀਸ਼ੀਅਲ ਅਤੇ ਦੂਸਰੀ ਕੰਟਰੀਆਂ ਦੇ ਫੋਰਨ ਡਿਪਲੋਮੈਟ ਨੂੰ ਦਿੱਤਾ ਜਾਂਦਾ। ਫਿਰ ਆ ਗਿਆ ਕਰਟਸੀ ਵੀਜ਼ਾ। ਕਰਟਸੀ ਵੀਜ਼ਾ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਕਿ ਜਿਹੜੇ ਨਾ ਤਾਂ ਡਿਪਲੋਮੈਟਿਕ ਅਤੇ ਓਫੀਸ਼ੀਅਲ ਲਈ ਕੰਸਿਡਰ ਕੀਤੇ ਜਾਂਦੇ ਨੇ, ਪਰ ਉਹਨਾਂ ਦਾ ਰੈਂਕ ਹੈ ਕਾਫੀ ਇੰਪੋਰਟੈਂਟ ਹੁੰਦਾ, ਉਹਨਾਂ ਨੂੰ ਕਰਟਸੀ ਵੀਜ਼ਾ ਦਿੱਤਾ ਜਾਂਦਾ। ਕੈਨੇਡਾ ਬਿਜ਼ਨਸ ਵੀਜ਼ਾ। ਬਿਜ਼ਨਸ ਵੀਜ਼ਾ ਉਹਨਾਂ ਨੂੰ ਦਿੱਤਾ ਜਾਂਦਾ ਕਿ ਜਿਨ੍ਹਾਂ ਨੇ ਆ ਕੇ ਇੱਥੇ ਆ ਕੇ ਬਿਜ਼ਨਸ ਦੇ ਪਰਪਸ ਨਾਲ ਆਉਂਦੇ ਨੇ, ਉਹਨਾਂ ਨੂੰ ਕੈਨੇਡਾ ਬਿਜ਼ਨਸ ਵੀਜ਼ਾ ਦਿੰਦਾ, ਵੀਜ਼ਾ ਟੂ ਗਿਵ ਬਰਥ ਇਨ ਕੈਨੇਡਾ। ਅਤੇ ਇਹ ਉਹਨਾਂ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਕਿ ਜਿਹੜਾ ਕਿ ਟੈਂਪਰੇਰੀ ਰਹਿਣ ਲਈ ਕੈਨੇਡਾ ਦੇ ਸਾਰੇ ਕਟੀਰੀਆ ਨੂੰ ਫਿਲਅਪ ਕਰਦੇ ਨੇ ਅਤੇ ਉਹ ਪ੍ਰੈਗਨੈਂਟ ਹੁੰਦੇ ਨੇ ਅਤੇ ਕੈਨੇਡਾ ਆ ਕੇ ਬਰਥ ਦੇਣਾ ਚਾਹੁੰਦੇ ਨੇ ਬੱਚੇ ਨੂੰ। ਅਤੇ ਜਿਹੜਾ ਬਾਏ ਬਰਥ ਬੇਬੀ ਜਨਮ ਲੈਂਦਾ ਹੈ ਉਹ ਆਟੋਮੈਟਿਕਲੀ ਇੱਕ ਕੈਨੇਡਾ ਦਾ ਸਿਟੀਜ਼ਨ ਬਣ ਜਾਂਦਾ, ਇੰਟੈਂਡਡ ਔਰਗਨ ਡੋਨਰ। ਇਹ ਉਹਨਾਂ ਨੂੰ ਦਿੱਤਾ ਜਾਂਦਾ ਹੈ ਕਿ ਜਿਹੜੇ ਕੈਨੇਡਾ ਆ ਕੇ ਆਪਣਾ ਔਰਗਨ ਡੋਨੇਟ ਕਰਨ ਦੀ ਇੱਛਾ ਰੱਖਦੇ ਹੁੰਦੇ ਨੇ ਜਾਂ ਪਰਪਸ ਉਹਨਾਂ ਦਾ ਡੋਨੇਟ ਕਰਨਾ ਹੁੰਦਾ ਆਪਣਾ ਔਰਗਨ। ਇਸ ਤੋਂ ਬਾਅਦ ਆਉਂਦਾ ਹੈ ਕੈਨੇਡਾ ਫੈਸਿਲਿਟੇਸ਼ਨ। ਫੈਸਿਲਿਟੇਸ਼ਨ ਵੀਜ਼ਾ ਕੈਨੇਡੀਅਨ ਸਿਟੀਜ਼ਨ ਨੂੰ ਦਿੱਤਾ ਜਾਂਦਾ ਵਿਦ ਡੂਅਲ ਨੈਸ਼ਨੈਲਿਟੀ, ਪਰ ਉਹਨਾਂ ਕੋਲ ਜਿਨ੍ਹਾਂ ਕੋਲ ਕੈਨੇਡਾ ਪਾਸਪੋਰਟ ਨਹੀਂ ਹੁੰਦਾ, ਜਿਨ੍ਹਾਂ ਕੋਲ ਅਦਰ ਕੰਟਰੀ ਦਾ ਪਾਸਪੋਰਟ ਹੁੰਦਾ। ਅਤੇ ਕੈਨੇਡਾ ਸਟੂਡੈਂਟ ਵੀਜ਼ਾ, ਇਹ ਬਾਹਰ ਦੀ ਲੋਕਾਂ ਨੂੰ ਦਿੱਤਾ ਜਾਂਦਾ ਕਿ ਉਹ ਕੈਨੇਡਾ ਦੀ ਯੂਨੀਵਰਸਿਟੀ ਜਾਂ ਕਾਲਜ 'ਚ ਆ ਕੇ ਆਪਣੀ ਸਟੱਡੀ ਕੰਪਲੀਟ ਕਰ ਸਕਦੇ ਆ, ਹਾਇਰ ਐਜੂਕੇਸ਼ਨ ਜਾਂ ਡਿਪਲੋਮਾ ਜਾਂ ਕੋਈ ਵੀ।
ਇਹ ਜੇਕਰ ਸਟੱਡੀ ਹੈ 6 ਮਹੀਨੇ ਤੋਂ ਘੱਟ ਦੀ ਹੈ ਤਾਂ ਤੁਹਾਨੂੰ TR ਵੀ ਦਿੱਤਾ ਜਾਏਗਾ, ਟੈਂਪਰੇਰੀ ਰੈਜ਼ੀਡੈਂਟ ਵੀਜ਼ਾ। ਜੇਕਰ 6 ਮਹੀਨੇ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਸਟੂਡੈਂਟ ਵੀਜ਼ਾ ਦਿੱਤਾ ਜਾਏਗਾ। ਅਤੇ ਟੈਂਪਰੇਰੀ ਵਰਕ ਵੀਜ਼ਾ ਇਹ ਉਹਨਾਂ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਕਿ ਜੋ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਨੇ। ਇਹ ਜਨਰਲੀ 6 ਮਹੀਨਿਆਂ ਲਈ ਦਿੱਤਾ ਜਾਂਦਾ ਹੈ, ਜਿਹਨਾਂ ਕੋਲ ਜੋਬ ਔਫਰ ਹੁੰਦਾ ਉਹਨਾਂ ਨੂੰ ਹੀ ਕੈਨੇਡਾ ਦਾ ਵਰਕ ਵੀਜ਼ਾ ਮਿਲਦਾ। ਅਤੇ ਟੈਂਪਰੇਰੀ ਰੈਜ਼ੀਡੈਂਸ ਪਰਮਿਟ ਜਾਂ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਇਹ ਉਹ ਵੀਜ਼ਾ ਹੁੰਦਾ ਹੈ ਕਿ ਜਿਹੜੇ ਕੋਈ ਵਰਕਸ਼ਾਪ ਲਗਾਉਣ ਲਈ ਜਾਂ ਕੋਈ ਸਪੈਸ਼ਲ ਤਰੀਕੇ ਦਾ ਇਵੈਂਟ ਹੈ ਉਹਨੂੰ ਅਟੈਂਡ ਕਰਨ ਲਈ ਕੈਨੇਡਾ 'ਚ ਆਉਣਾ ਚਾਹੁੰਦੇ ਨੇ। ਇਹ ਜਨਰਲੀ ਜਿੱਦਾਂ ਆਪਾਂ ਐਗਜ਼ਾਮਪਲ ਕਹਿ ਸਕਦੇ ਕਿ ਕੈਨੇਡਾ 'ਚ ਕੋਈ ਵਰਕਸ਼ਾਪ ਹੈ 2 ਹਫ਼ਤਿਆਂ ਦੀ, ਉਹ ਲਗਾਉਣਾ ਜਾ ਰਹੇ ਹਾਂ, ਅਤੇ ਉਦੋਂ TR ਵੀ ਦਿੱਤਾ ਜਾਏਗਾ, ਟੈਂਪਰੇਰੀ ਰੈਜ਼ੀਡੈਂਸ ਵੀਜ਼ਾ। ਅਤੇ ਵਰਕਿੰਗ ਹੋਲੀਡੇ ਵੀਜ਼ਾ ਇਹ ਹੈ ਕਿ ਜੇ ਤੁਸੀਂ 30 ਕੰਟਰੀਆਂ ਦੀ ਉਹਨਾਂ ਦੀ ਲਿਸਟ ਹੈ, ਉਹਨਾਂ ਨੂੰ ਜੇ ਉਹਨਾਂ ਦੇ ਲੋਕ ਆ ਕੇ ਇੱਥੇ ਆਪਣਾ ਹੋਲੀਡੇ ਸਪੈਂਡ ਕਰਨਾ ਚਾਹੁੰਦੇ ਆ, ਅਤੇ ਉਹ ਆਪਣਾ ਐਪਲੀਕੇਸ਼ਨ ਸਬਮਿਟ ਕਰ ਸਕਦੇ ਨੇ, ਅਤੇ ਰੈਂਡਮਲੀ ਬੰਦੇ ਚੂਜ਼ ਕੀਤੇ ਜਾਂਦੇ ਨੇ, ਉਹਨਾਂ ਨੂੰ ਇਹ ਕੈਨੇਡਾ ਦਾ ਵਰਕਿੰਗ ਹੋਲੀਡੇ ਵੀਜ਼ਾ ਪ੍ਰੋਵਾਈਡ ਹੁੰਦਾ। ਇਸ ਤੋਂ ਬਾਅਦ ਵਾਰੀ ਆ ਗਈ ਪਰਮਾਨੈਂਟ ਕੈਨੇਡਾ ਵੀਜ਼ਾ ਦੀ, ਕਿ ਜਿਹੜੇ ਲੋਕ ਪਰਮਾਨੈਂਟਲੀ ਆਪਣੀ ਰੈਜ਼ੀਡੈਂਸ ਲੈਣਾ ਚਾਹੁੰਦੇ ਨੇ ਕੈਨੇਡਾ 'ਚ, ਉਹ ਕਿਹੜੇ ਕਿਹੜੇ ਵੀਜ਼ੇ ਥਰੂ ਆ ਸਕਦੇ ਨੇ। ਇਸ 'ਚ ਸਭ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਹੈ ਉਹ ਹੈ ਇਮੀਗ੍ਰੈਂਟ ਇਨਵੈਸਟਰ ਪ੍ਰੋਗਰਾਮ। ਇਹ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਦੀ ਨੈੱਟਵਰਥ ਐਟਲੀਸਟ 800,000 ਕੈਨੇਡੀਅਨ ਡਾਲਰ ਹੋਵੇ, ਮਤਲਬ ਕਿ 800,000 ਕੈਨੇਡੀਅਨ ਡਾਲਰ ਜੇ ਤੁਹਾਡੀ ਨੈੱਟਵਰਥ ਹੈ, ਅਤੇ ਤੁਸੀਂ ਉਹਦੇ ਵਿੱਚੋਂ 400,000 ਦੇ ਕਰੀਬ ਐਟਲੀਸਟ ਇਨਵੈਸਟ ਕਰਨਾ ਚਾਹੁੰਦੇ ਜੀ ਕੈਨੇਡੀਅਨ ਮਾਰਕੀਟ ਦੇ ਵਿੱਚ, ਜਿਹੜੀ ਕਿ ਤੁਹਾਨੂੰ ਗੌਰਮੈਂਟ ਰਿਟਰਨ ਕਰੇਗੀ ਵਿਦਇਨ 5 ਈਅਰ ਬਟ ਵਿਦਆਊਟ ਐਨੀ ਇੰਟਰਸਟ। ਇਹ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਵੀਜ਼ਾ। ਅਤੇ ਦੂਸਰਾ ਵੀਜ਼ਾ ਹੈ ਸਟਾਰਟਅਪ ਵੀਜ਼ਾ ਪ੍ਰੋਗਰਾਮ। ਇਸ ਵੀਜ਼ੇ ਦੇ ਵਿੱਚ ਐਟਲੀਸਟ ਤੁਹਾਡੀ ਨੈੱਟਵਰਥ ਹੋਣੀ ਚਾਹੀਦੀ ਹੈ 300,000, ਮਤਲਬ ਕਿ 300,000, ਐਂਡ ਯੂ ਮਸਟ ਕਮਿਟ ਟੂ ਓਵਿੰਗ ਐਂਡ ਮੈਨੇਜਿੰਗ ਐਟਲੀਸਟ 1/3 ਆਫ ਕੈਨੇਡੀਅਨ ਬਿਜ਼ਨਸਿਸ, ਮਤਲਬ ਕਿ ਤੁਸੀਂ ਇੰਪਲੋਇਮੈਂਟ ਜਨਰੇਟ ਕਰੋਗੇ 3 ਸਾਲ ਦੇ ਵਿੱਚ ਤੁਸੀਂ ਕੈਨੇਡਾ ਦੀ ਮਾਰਕੀਟ ਦੇ ਵਿੱਚ ਬਿਜ਼ਨਸ ਕ੍ਰੀਏਟ ਕਰੋਗੇ, ਜਨਰੇਟ ਕਰੋਗੇ, ਇਨਵੈਸਟ ਕਰੋਗੇ। ਅਤੇ ਤੀਸਰਾ ਵੀਜ਼ਾ ਹੈ ਕਿ ਸੈਲਫ ਇੰਪਲੋਇਡ ਵੀਜ਼ਾ ਪ੍ਰੋਗਰਾਮ। ਇਹ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਕਿ ਜਿਹੜੇ ਸਕਿੱਲਡ ਹੁੰਦੇ ਨੇ ਬਿਜ਼ਨਸ 'ਚ, ਐਥਲੈਟਿਕ 'ਚ, ਕਲਚਰ 'ਚ, ਫਾਰਮਿੰਗ 'ਚ, ਸੋ ਦੈਟ ਦੇ ਕੈਨ ਸਟਾਰਟ ਦੇਅਰ ਬਿਜ਼ਨਸਿਸ ਹੇਅਰ। ਅਤੇ ਉਹਨਾਂ ਲੋਕਾਂ ਨੂੰ ਇਹ ਸੈਲਫ ਇੰਪਲੋਇਡ ਪਰਸਨ ਵੀਜ਼ਾ ਦਿੱਤਾ ਜਾਂਦਾ। ਉਹਨਾਂ ਨੂੰ ਡੈਮੋਸਟ੍ਰੇਟ ਕਰਨਾ ਪੈਂਦਾ, ਉਹਨਾਂ ਨੂੰ ਆਪਣੀ PDF ਰਿਪ੍ਰਜੈਂਟ ਕਰਨੀ ਪੈਂਦੀ, ਆਪਣਾ ਸਾਰਾ ਪ੍ਰੋਗਰਾਮ ਕਿ ਹਾਊ ਕੈਨ ਦੇ ਡੂ ਇਟ। ਅਤੇ ਚੌਥਾ ਵੀਜ਼ਾ ਹੈ ਕਿਊਬਿਕ ਸਿਲੈਕਟਿਡ ਸਕਿੱਲ ਵਰਕਰ ਪ੍ਰੋਗਰਾਮ। ਇਹਦੇ ਵਿੱਚ ਵੀ ਤੁਸੀਂ ਆਪਣੀ ਐਪਲੀਕੇਸ਼ਨ ਪਾ ਦਿੰਦੇ ਜੇ। ਇਹ ਵੀਜ਼ਾ ਜਿਹੜੀ ਹੈ ਕਿਊਬਿਕ ਪ੍ਰੋਵਿੰਸ ਲਈ ਹੈ, ਸਪੈਸ਼ਲੀ ਉਹਨਾਂ ਦੀ ਇੱਕ ਲਿਸਟ ਹੈ ਕਿ ਜਿਹੜੀਆਂ ਓਕੂਪੇਸ਼ਨਾਂ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਤੁਸੀਂ ਸਰਚ ਆਊਟ ਕਰ ਸਕਦੇ। ਬਟ ਇਹਦੇ ਵਿੱਚ ਇੱਕ ਸਟਰੋਂਗ ਕੰਡੀਸ਼ਨ ਇਹ ਹੈ ਕਿ ਯੂ ਮਸਟ ਬੀ ਫਲੂਐਂਟ ਇਨ ਫ੍ਰੈਂਚ, ਕਿਉਂਕਿ ਕਿਊਬਿਕ 'ਚ ਫ੍ਰੈਂਚ ਹੀ ਜ਼ਿਆਦਾ ਬੋਲੀ ਜਾਂਦੀ ਹੈ, ਤਾਂ ਹੀ ਤੁਸੀਂ ਉਹ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਜੇ। ਅਗਲਾ ਹੈ ਫੈਮਿਲੀ ਸਪੋਂਸਰਸ਼ਿਪ ਵੀਜ਼ਾ। ਇਹ ਵੀਜ਼ਾ ਜਨਰਲੀ ਸਪਾਊਸਿਸ ਨੂੰ, ਡਿਪੈਂਡੈਂਟ ਚਿਲਡਰਨ ਨੂੰ ਜੋ ਕਿ ਕੈਨੇਡੀਅਨ ਸਿਟੀਜ਼ਨ ਦੇ ਹੁੰਦੇ ਨੇ, PR ਦੇ ਹੁੰਦੇ ਨੇ, ਉਹਨਾਂ ਨੂੰ ਦਿੱਤਾ ਜਾਂਦਾ। ਅਤੇ ਅੱਗੋ ਹੈ ਲਾਈਵ ਇਨ ਕੇਅਰ ਗਿਵਰ ਪ੍ਰੋਗਰਾਮ। ਇਹ ਵੀਜ਼ਾ ਅੱਜ ਕੱਲ੍ਹ ਬਹੁਤ ਪਾਪੂਲਰ ਹੋ ਰਿਹਾ, ਕਿਉਂਕਿ ਇਹ ਜਿਹੜੇ ਕੇਅਰ ਗਿਵਰ ਜਾਂ ਮੈਡੀਕਲ ਲਾਈਨ ਦੇ ਬੰਦੇ ਨੇ ਕਿ ਜਿਹੜੇ ਓਲਡ ਲੋਕਾਂ ਨੂੰ ਸੰਭਾਲ ਸਕਦੇ ਨੇ, ਉਹਨਾਂ ਨੂੰ ਵੀਜ਼ਾ ਦਿੱਤਾ ਜਾ ਰਿਹਾ। ਪਰ ਇਹਦੇ ਲਈ ਤੁਹਾਨੂੰ ਕੁਆਲੀਫਾਈ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਤੁਹਾਨੂੰ ਐਲਡਰਲੀ, ਡਿਸੇਬਲ ਔਰ ਚਿਲਡਰਨ ਔਰ ਜਿਹੜੇ ਲੋਕ ਪ੍ਰਾਈਵੇਟ ਹੋਮਸ 'ਚ ਰਹਿੰਦੇ ਨੇ ਅਤੇ ਜਿਨ੍ਹਾਂ ਨੂੰ ਸਪੈਸ਼ਲ ਨੀਡ ਐਂਡ ਕੇਅਰ ਚਾਹੀਦੀ ਹੁੰਦੀ, ਉਹਨਾਂ ਦੇ ਲਈ ਇਹ ਪ੍ਰੋਗਰਾਮ ਲਈ ਤੁਸੀਂ ਚੁਣੇ ਜਾ ਸਕਦੇ ਜੇ। ਇਹ ਹੋ ਗਏ 6 ਪਰਮਾਨੈਂਟ ਕੈਨੇਡਾ ਵੀਜ਼ਾ ਦੇ, PR ਦੇ ਵੀਜ਼ਾ ਦੇ ਪ੍ਰੋਗਰਾਮ। ਅੱਗੋਂ ਆਪਾਂ ਗੱਲ ਕਰਦੇ ਹਾਂ ਐਕਸਪ੍ਰੈਸ ਐਂਟਰੀ ਦੀ, ਜਿਹਦੇ ਵਿੱਚ ਕਿ 4 ਤਰ੍ਹਾਂ ਦੇ ਮੇਨਲੀ ਪ੍ਰੋਗਰਾਮ ਨੇ, ਜਿਹ 'ਚ ਸਭ ਤੋਂ ਪਹਿਲਾ ਵੀਜ਼ਾ ਹੈ ਫੈਡਰਲ ਸਕਿੱਲ ਟ੍ਰੇਡ ਪ੍ਰੋਗਰਾਮ। ਇਸ ਪ੍ਰੋਗਰਾਮ 'ਚ ਉਹ ਲੋਕ ਅਪਲਾਈ ਕਰ ਸਕਦੇ ਨੇ ਕਿ ਜਿਹੜੇ ਕਿ ਸਪੈਸੀਫਿਕ ਓਕੂਪੇਸ਼ਨਸ ਨੇ ਉਹਨਾਂ ਵਿੱਚ ਕੁਆਲੀਫਾਈਡ ਨੇ, ਜਿੱਦਾਂ ਕਿ ਕਾਰਪੈਂਟਰੀ, ਏਅਰਕ੍ਰਾਫਟ ਮਕੈਨਿਕ, ਕਰੇਨ ਓਪਰੇਟਰ, ਮਕੈਨਿਸਟ, ਆਇਰਨ ਵਰਕਰ, ਵੈਲਡਰਸ, ਪਲੰਬਰ, ਦਿਸ ਐਂਡ ਦੈਟ। ਅਤੇ ਅਗਲਾ ਜਿਹੜਾ ਹੈ ਕਿ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ। ਇਹਦੇ ਵਿੱਚ ਲੋਕ ਜਿਹੜੇ ਕਿ ਪ੍ਰੋਫੈਸ਼ਨ ਕੈਨੇਡਾ ਦੇ ਵਿੱਚ ਟਾਈਮ ਟੂ ਟਾਈਮ ਰਿਕੁਆਇਰਮੈਂਟ ਚਾਹੁੰਦੇ ਨੇ, ਉਹ ਜਿਹੜੀ ਪਹਿਲੀ ਲਿਸਟ ਸੀ ਉਹ ਜਨਰਲੀ ਕੋਮਨਲੀ ਸੇਮ ਹੀ ਰਹਿੰਦੀ ਹੈ, ਪਰ ਇਹਦੇ ਵਿੱਚ ਹੈ ਕਿ ਵਿਦ ਟਾਈਮ ਟੂ ਟਾਈਮ ਓਕੂਪੇਸ਼ਨ ਚੇਂਜ ਹੁੰਦੀਆਂ ਰਹਿੰਦੀਆਂ, ਅਤੇ ਇਸ ਲਈ ਤੁਸੀਂ ਇਹਨਾਂ ਦੀ ਕੈਨੇਡਾ ਦੀ CA ਦੀ
ਆਫੀਸ਼ੀਅਲ ਵੈਬਸਾਈਟ ਤੋਂ ਚੈੱਕ ਕਰ ਸਕਦੇ ਕਿ ਕਿਹੜੀ ਜਿਹੜੇ ਓਕੂਪੇਸ਼ਨ ਨੇ ਪ੍ਰੋਫੈਸ਼ਨ ਨੇ ਨੀਡ 'ਚ ਨੇ ਅਤੇ ਉਹਦੇ ਅਕੋਰਡਿੰਗਲੀ ਤੁਸੀਂ ਅਪਲਾਈ ਕਰ ਸਕਦੇ ਜੇ। ਅਗਲਾ ਪ੍ਰੋਗਰਾਮ ਹੈ PNP, ਇਹ ਵੀ ਕਾਫੀ ਪਾਪੂਲਰ ਹੈ ਕਿ ਜਿਹੜਾ ਕਿ ਪ੍ਰੋਵਿੰਸ ਟੂ ਪ੍ਰੋਵਿੰਸ ਹੁੰਦਾ ਹੈ ਕਿ ਜਿੱਥੇ ਪ੍ਰੋਵਿੰਸ ਦੇ ਵਿੱਚ ਘੱਟ ਸਕਿੱਲ ਲੋਅ ਸਕਿੱਲਡ ਵਰਕਰਸ ਹੁੰਦੇ ਆ ਉੱਥੇ ਉਹ ਵਾਲੀ ਪ੍ਰੋਵਿੰਸ ਆਪਣੀ ਲਿਸਟ ਕੱਢ ਦਿੰਦੀ ਹੈ ਕਿ ਸਾਨੂੰ ਇਹ ਵਾਲੇ ਵਰਕਰਸ ਜ਼ਿਆਦਾ ਚਾਹੀਦੇ ਨੇ, ਉਹਦੇ ਅਕੋਰਡਿੰਗਲੀ ਤੁਸੀਂ ਉਹ PNP ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਜੇ। ਬਟ ਇਹਦੀ ਕੰਡੀਸ਼ਨ ਇਹੀ ਹੈ ਕਿ ਤੁਹਾਡੀ ਜਿਹੜੀ ਲਿਮਿਟ ਹੋਊਗੀ, ਮਤਲਬ ਕਿ ਤੁਹਾਡਾ ਤੁਸੀਂ ਉਸੇ ਪ੍ਰੋਵਿੰਸ 'ਚ ਹੀ ਤੁਹਾਨੂੰ ਰਹਿਣਾ ਪਏਗਾ ਜਿਹੜੇ PNP ਪ੍ਰੋਗਰਾਮ ਦੇ ਅੰਦਰ ਤੁਸੀਂ ਚੂਜ਼ ਹੁੰਦੇ ਜੇ। ਐਂਡ ਫੋਰਥ ਐਂਡ ਲਾਸਟ ਜਿਹੜਾ ਐਕਸਪ੍ਰੈਸ ਐਂਟਰੀ ਦਾ ਵੀਜ਼ਾ, ਉਹ ਹੈ ਕੈਨੇਡੀਅਨ ਐਕਸਪੀਰੀਅੰਸ ਵੀਜ਼ਾ। ਇਹ ਉਹਨਾਂ ਟੈਂਪਰੇਰੀ ਸਟੂਡੈਂਟ ਵੀਜ਼ਾ ਜਾਂ ਵਰਕਰ ਵੀਜ਼ਾ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਕਿ ਜਿਹੜੇ ਇੱਥੇ ਟੈਂਪਰੇਰੀ ਸਟੂਡੈਂਟ ਵੀਜ਼ਾ ਜਾਂ ਵਰਕਰ ਵੀਜ਼ੇ 'ਤੇ ਨੇ, ਬਟ ਉਹਨਾਂ ਦੇ ਕੋਲ ਐਕਸਪੀਰੀਅੰਸ ਹੈ, ਉਹਨਾਂ ਦੇ ਕੋਲ ਵਰਕ ਐਕਸਪੀਰੀਅੰਸ ਹੈ, ਉਹਨਾਂ ਕੋਲ ਕੈਨੇਡੀਅਨ ਐਜੂਕੇਸ਼ਨ ਹੈ, ਐਂਡ ਦੇ ਵਾਂਟ ਟੂ ਸੈਟਲ ਇਨ ਕੈਨੇਡੀਅਨ ਸੋਸਾਇਟੀ। ਇਹ ਪ੍ਰੋਗਰਾਮ ਉਹਨਾਂ ਲਈ ਹੈ। ਸੋ ਇਹ ਟੋਟਲ 22 ਤਰ੍ਹਾਂ ਦੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਕਾਫੀ ਸਕੋਪ ਜ਼ਿਆਦਾ, ਐਂਡ ਆਈ ਥਿੰਕ ਮੋਸਟਲੀ ਲੋਕ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੈਟਾਗਰੀ ਵਿੱਚ ਐਡਜਸਟ ਹੋ ਸਕਦੇ, ਜੇ ਨਹੀਂ ਵੀ ਤਾਂ ਤੁਸੀਂ ਕੋਈ ਨਾ ਕੋਈ ਸਕਿੱਲ ਐਕੁਆਇਰ ਕਰ ਸਕਦੇ ਜੇ ਜਾਂ ਕੋਈ ਕੋਰਸ ਕਰ ਸਕਦੇ ਜੇ ਜਿਨ੍ਹਾਂ ਦੇ ਨਾਲ ਤੁਹਾਡਾ ਇਹਨਾਂ ਲਿਸਟ ਦੇ ਵਿੱਚੋਂ ਕੋਈ ਨਾ ਕੋਈ ਵੀਜ਼ਾ ਅਪਲਾਈ ਹੋ ਸਕੇ। ਆਈ ਹੋਪ ਤੁਹਾਨੂੰ ਵੀਡੀਓ ਦਾ ਕੰਟੈਂਟ ਬਹੁਤ ਵਧੀਆ ਲੱਗਾ ਹੋਊਗਾ, ਅਤੇ ਜੇਕਰ ਤੁਹਾਡਾ ਕੋਈ ਜਾਣਕਾਰ ਜਾਂ ਫੈਮਿਲੀ ਮੈਂਬਰ ਇੱਛੁਕ ਹੈ ਕੈਨੇਡਾ ਜਾ ਕੇ ਸੈਟਲ ਹੋਣ ਲਈ, ਤਾਂ ਉਹਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ। ਅਤੇ ਜੇਕਰ ਤੁਹਾਡੀ ਵੀ ਕੋਈ ਕੁਐਰੀ ਹੈ ਕਿ ਕਿਸੇ ਵੀਜ਼ੇ ਬਾਰੇ ਵੀ ਤੁਸੀਂ ਪੁੱਛਣਾ ਚਾਹੁੰਦੇ ਤਾਂ ਕਮੈਂਟ ਬੋਕਸ 'ਚ ਫਟਾਫਟ ਕਮੈਂਟਾਂ ਦੀ ਲਾਈਨ ਲਾ ਦਿਓ। ਐਂਡ ਜਿੱਦਾਂ ਮੈਂ ਕਿਹਾ ਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਤਾਂ ਸੀਰੀਅਸਲੀ ਤੁਹਾਨੂੰ ਕੈਨੇਡਾ ਕਿੱਦਾਂ ਸੌਖੇ ਤਰੀਕੇ ਨਾਲ ਲੈ ਕੇ ਜਾਣਾ ਅਤੇ ਉੱਥੇ ਕਿੱਦਾਂ ਸੈਟਲ ਕਰਨਾ, ਇਹ ਸਾਰੀ ਮੇਰੀ ਜ਼ਿੰਮੇਵਾਰੀ ਹੈ। ਸੋ ਲੈਟਸ ਦਾ ਜਰਨੀ ਬਿਗਨ। ਐਂਡ ਪਲੀਜ਼ ਨੋਟ ਡਾਊਨ ਕਿ ਮੈਂ ਕੋਈ ਏਜੰਟ ਨਹੀਂ ਹਾਂ, ਮੈਂ ਤੁਹਾਡੇ ਵਰਗਾ ਇੱਕ ਨੋਰਮਲ ਜਿਹਾ ਇਨਸਾਨ ਹਾਂ, ਬਸ ਜਿਹਨੂੰ ਦੇਖ ਕੇ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਸੀ, ਪੇਨ ਹੁੰਦੀ ਸੀ ਕਿ ਲੋਕਾਂ ਨੂੰ ਕੈਨੇਡਾ ਦੇ ਨਾਮ 'ਤੇ ਕਿੱਦਾਂ ਠੱਗਿਆ ਜਾ ਰਿਹਾ, ਜਦਕਿ ਬਹੁਤ ਹੀ ਈਜ਼ੀ ਪ੍ਰੋਗਰਾਮ ਆ, ਬਹੁਤ ਹੀ ਈਜ਼ੀ ਅਤੇ ਸਿੰਪਲ ਪ੍ਰੋਸੈਸਿਸ ਨੇ, ਜਸ ਸਾਨੂੰ ਅਵੇਅਰਨੈਸ ਕਰਤਾ। ਸੋ ਆਈ ਵਿਲ ਹੈਲਪ ਯੂ ਇਨ ਦੈਟ, ਸਟੇ ਟਿਊਨ, ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਬਹੁਤ ਸਾਰਾ ਫਨ ਕਰਦੇ ਹੋਏ। ਬਾਏ ਬਾਏ।